ਹਾਂਜੀ ਸਰੋਤਿਓ, ਰਜੇਸ਼ ਚੋਪੜਾ ਬੱਲੇ ਬੱਲੇ ਫਿਲਮ ਐਂਡ ਰਿਕਾਰਡਸ ਤੋਂ ਮੈਂ ਇਸ ਵੇਲੇ ਦੁਸਾਰਨੇ ਪਿੰਡ ਦੇ ਵਿੱਚ, ਮੋਹਾਲੀ ਜ਼ਿਲ੍ਹੇ ਦਾ ਪਿੰਡ ਹੈ, ਪਹੁੰਚਿਆ ਜੀ। ਅਤੇ ਔਰ ਇੱਧਰਲੇ ਪਾਸੇ ਇੱਕ ਬਾਪੂ ਜੀ। ਬਾਪੂ ਜੀ, ਕਿਆ ਹਾਲ ਹੈ? ਠੀਕ ਹੈ ਜੀ। ਗੁੜ ਤੁਹਾਡੇ ਕੋਲ? ਕਲਾੜੀ ਹੈ ਤੁਹਾਡੀ? ਹਾਂਜੀ, ਕਲਾੜੀ ਹੈ। ਕੀ ਨਾਂ ਹੋਗੇ ਤੁਹਾਡਾ? ਨਾਮ ਮੇਰਾ ਅਮਰੀਕ ਸਿੰਘ। ਅਮਰੀਕ ਸਿੰਘ ਜੀ, ਉਹ ਆ ਕੇ ਰੱਖਿਆ ਹੋਇਆ ਹੈ? ਅੱਛਾ, ਇੱਧਰ ਇੱਧਰ ਮਾਤਾ ਵੀ ਬੈਠੀ ਇੱਕ ਹੈ। ਮਾਤਾ ਜੀ ਕੋਲ ਜਾਂਦਾ ਮੈਂ ਜ਼ਰਾ। ਆਹ ਦੇਖੋ ਜੀ, ਕਲਾੜੀ ਹੈ ਇਹਨਾਂ ਦੀ ਆਪਣੀ ਇੱਥੇ, ਔਰ ਇੱਦਾਂ ਚੱਲਦਾ ਜੀ ਕੰਮ ਇਹਨਾਂ ਦਾ ਇੱਥੇ ਦਸਾਰਨੇ ਪਿੰਡ ਦੇ ਵਿੱਚ। ਬੇਬੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ? ਠੀਕ ਠਾਕ ਬੈਠੇ ਹੋ? ਹਾਂਜੀ। ਹੋਰ ਕਿਆ ਕੁਛ ਕਰਦੇ ਰਹੇ? ਬਸ ਕੁਛ ਨਹੀਂ ਕਰਦੇ, ਬਸ ਬੈਠੇ ਆ, ਬੁੱਲਾ ਪੈ ਗਿਆ ਤਾਂ। ਅੱਛਾ, ਹੱਥ ਪੈਰ ਤੇ ਬੈਠੇ ਹੁਣ ਠੀਕ ਹੈ? ਹਾਂ ਹੁਣ ਠੀਕ ਹੈ। ਉਹ ਕਿਆ ਬਾਪੂ ਕਰ ਰਿਹਾ ਉਹ? ਅੱਡਾ ਤਾਂ ਕਿਹੜਾ ਅੱਡਾ ਤਾਂ ਉਹ? ਦਿਖਾਓ ਤਾਂ ਲਿਆਓ ਜਰਾ ਕੱਢ ਕੇ ਨਾਲੇ। ਕੌਣ ਤੁਸੀਂ ਬੁਣ ਲੈਂਦੇ ਤੇ? ਹਾਂਜੀ, ਅੱਡੇ ਪਰ ਹੈ। ਇੱਕ ਇੱਕ ਦਿਨ ਵਿੱਚ ਚਾਰ ਚਾਰ ਨਾਲੇ ਤਾਰੇ ਆ ਮੈਂ। ਅੱਛਾ ਹਾਂਜੀ, ਵਾਹ ਜੀ ਵਾਹ। ਚਰਖੇ ਵੀ ਬਹੁਤ ਕੱਤਿਆ। ਚਰਖਾ ਵੀ ਬਹੁਤ ਕੱਤਿਆ? ਹਾਂਜੀ। ਕਿੰਨੀ ਉਮਰ ਹੋ ਗਈ ਤੁਹਾਡੀ? 65 ਸਾਲ। 65 ਸਾਲ? ਅੱਛਾ, ਚਰਖਾ ਕੱਤਿਆ ਤੁਸੀਂ? ਹਾਂਜੀ। ਵਾਹ ਜੀ, ਕੀ ਨਾਂ ਕੀ ਦੱਸਿਆ ਤੁਸੀਂ? ਮੇਰਾ ਨਾਂ ਗੁਰਮੀਤ ਕੌਰ ਹੈ। ਗੁਰਮੀਤ ਕੌਰ, ਹਾਂਜੀ। ਆਹ ਦੇਖੋ ਜੀ ਸਰੋਤਿਓ, ਆਹ ਫੋਟੋ ਨਾਲ ਲਾਈ ਹੋਈ ਹੈ ਪੁਰਾਣੀ ਯਾਦਾਸ਼ਤ ਹੈ ਜੀ। ਆਏ ਹਾਂ, ਦੇਖੋ ਜੀ ਆਹ ਪੁਰਾਣੀ ਯਾਦਾਸ਼ਤ ਰੱਖੀ ਹੋਈ ਹੈ। ਟਰੈਕਟਰ ਚੱਲ ਰਿਹਾ, ਪਿੰਡ ਦਾ ਦ੍ਰਿਸ਼ ਹੈ ਜੀ। ਆਹ ਦੇਖੋ ਜੀ, ਵਾਹ ਜੀ ਵਾਹ, ਕਿਆ ਸੋਹਣਾ ਵਿਰਸਾ ਦਿਖਾਇਆ ਹੈ ਫੋਟੋ ਦੇ ਵਿੱਚ। ਔਰ ਆਹ ਜਿਹੜਾ ਹੈ ਅੱਡਾ ਕਹਿੰਦੇ ਨੂੰ ਹੈ? ਹਾਂਜੀ, ਨਾਲਾ ਬੁਣਨੇ ਦਾ, ਨਾਲਾ ਬੁਣਨੇ ਵਾਲਾ ਅੱਡਾ। ਦੇਖੋ ਜੀ, ਆਹ ਦੇਖੋ ਜੀ, ਇਹ ਖਾਸਾ ਪੁਰਾਣਾ ਲੱਗਦਾ ਹੈ। ਹਾਂਜੀ, ਇਹ ਬਣਵਾਇਆ ਤਾਂ ਤੁਸੀਂ ਆਪ ਕਿ ਬਣਿਆ ਬਣਾਇਆ ਲਿਆਂਦਾ ਤਾਂ? ਜਦੋਂ ਮੇਰੀ ਸ਼ਾਦੀ ਹੋਈ ਤੀ ਜਦ ਬਣਾਇਆ ਤਾਂ। ਜਦੋਂ ਤੁਹਾਡੀ ਸ਼ਾਦੀ ਹੋਈ ਤੀ ਜਦ ਬਣਾਇਆ ਤਾਂ? ਜਦ ਮੇਰੇ ਪੇਕਿਆਂ ਤੇ ਆਇਆ। ਅੱਛਾ, ਵਾਹ ਜੀ ਵਾਹ। ਚਰਖਾ ਵੀ ਆਇਆ ਸੀ ਤੁਹਾਡੇ ਦਾਜ ਵਿੱਚ, ਤੇ ਆਹ ਵੀ ਅੱਡਾ ਵੀ ਆਇਆ ਸੀ। ਇਹ ਚ ਨਾਲਾ ਕਿੱਦਾਂ ਬੁਣਦੇ ਹੁੰਦੇ ਤੇ ਮਾਤਾ? ਬਸ ਐ ਅੱਟੀਆਂ ਦੀਆਂ ਐ ਚੜਾ ਕੇ, ਹਾਂ, ਝੁੰਡਾਂ ਦੀਆਂ ਸਿੰਖਾਂ ਹੁੰਦੀਆਂ ਤੀਆਂ। ਅੱਛਾ, ਝੁੰਡਾਂ ਦੇ ਡੱਕੇ, ਉਹ ਵੀ ਸੁੱਟ ਕੇ ਬਸ ਦੋ ਹੱਥਾਂ ਗੱਲ ਬੁਣ ਹੋ ਜਾਂਦੇ। ਇਹ ਹੁਣ ਚੱਲ ਜੂਗਾ ਹੁਣ ਵੀ? ਹਾਂਜੀ, ਲੈ ਹੈ ਆ ਚੱਲ ਜਾਣਾ। ਨਹੀਂ ਹੁਣ ਇਹਦੇ ਹੁਣ ਨਹੀਂ, ਮਤਲਬ ਦੋ ਤਿੰਨ ਦਿਨਾਂ ਨੂੰ ਚਲਾਵਾਂਗੇ। ਹਾਂ, ਸਮਾਨ ਚਾਹੀਦਾ ਹੋਊਗਾ ਨਾ, ਸਿੰਖਾਂ ਸੁੰਖਾਂ ਇਕੱਠੀਆਂ ਕਰਨੀਆਂ ਪਊਗੀਆਂ। ਹੋਰ ਕਿਆ ਲੈਣਾ ਪਊਗਾ? ਸਿੰਖਾਂ ਚਾਹੀਦੀਆਂ, ਹੋਰ ਕਿਆ ਚਾਹੀਦਾ? ਬਸ ਅੱਟੀ ਅੱਟੀ ਤਾਂ ਹੋਣੀ ਵੀ ਹੈ। ਅੱਟੀ ਨਹੀਂ ਹੈਗੀ? ਹਾਂ, ਹੈ ਨਹੀਂ ਹੁਣ ਕੋਲ? ਹੁਣ ਨਹੀਂ ਹੈਗੇ, ਹੁਣ ਤਾਂ ਨਾਲ ਉਹ ਲੈ ਪਸਮ ਦੇ ਵੀ ਬੁਣੇ ਆ ਮੈਂ। ਉਹਦੀ ਉਹ ਲਿਆ ਵੇ, ਕੀ ਕਹਿੰਦੇ ਆ, ਪਸਮ ਦੀ, ਪਸਮ ਲਿਆ ਵੇ, ਪਸ਼ਮ ਦਾ ਵੀ ਬਣ ਜੂ। ਪਸ਼ਮ ਨਾਲ ਬਹੁਤ ਬੁਣੇ ਆ ਮੈਂ, ਪਸ਼ਮ ਨਾਲ। ਅੱਛਾ, ਹਾਂਜੀ, ਰੰਗ ਬਰੰਗੇ ਗੋਗਾ ਲਿਆ ਵੇ ਪਸਮ ਦਾ। ਇਹਨੂੰ ਚਲਾਉਣਾ ਮਾਤਾ ਆਪਾਂ ਕਿਸੇ ਦਿਨ? ਅੱਛਾ, ਬਸ ਪਏ ਹੈ, ਬਸ ਪਏ ਚਲਾਵਾਂਗੇ। ਆ ਜਿਹੜੇ ਦੇਖਦੇ ਨਾ ਸਰੋਤੇ ਸਾਡੇ, ਜਿਹੜੇ ਦੇਖਣ ਵਾਲੇ ਵੀਡੀਓ। ਅੱਛਾ, ਹਾਂਜੀ, ਇਹ ਪੁਰਾਣਾ ਦੇਖੋ ਐਡਾ ਕਰਿਓ ਜੀ, ਕਮੈਂਟ ਕਰਕੇ ਦੱਸਿਓ ਜ਼ਰੂਰ। ਮਾਤਾ ਜੀ ਦੇ ਦਾਜ ਵਿੱਚ ਆਇਆ ਸੀਗਾ, ਮਾਤਾ ਨੇ ਤੁਹਾਡੀ ਦਿੱਤਾ ਸੀ ਹੈ? ਹਾਂਜੀ। ਕੀ ਨਾਂ ਸੀ ਮਾਤਾ ਦਾ? ਕਰਤਾਰ ਕੌਰ ਤਾਂ ਜੀ, ਸੋਹਾਣੇ ਸੋਹਾਣੇ ਦੀ। ਹਾਂਜੀ, ਉਹ ਕੁੰਬੜਾ ਸੋਹਾਣਾ। ਅੱਛਾ ਅੱਛਾ ਅੱਛਾ, ਫਿਰ ਤਾਂ ਉੱਧਰ ਕੀ ਮਾਰੇ ਥਾਰੇ ਵਾਲੀ ਬੋਲੀ ਵੀ ਆਉਂਦੀ ਹੋਣੀ ਤੁਹਾਨੂੰ? ਹਾਂਜੀ ਹਾਂ, ਦੇਖੋ ਜੀ ਮੈਨੂੰ ਤਾਂ ਨਹੀਂ ਬੋਲਦੇ। ਹਾਂਜੀ, ਹਮੇ ਤਾਂ ਮੈਂ ਬੋਲਦੇ ਹਾਂ, ਥਾਰਾ ਥਾਰਾ। ਹਾਂ ਹਾਂ ਹਾਂ, ਕੁੰਬੜਾ ਸੋਹਾਣਾ ਹੈ। ਹਾਂਜੀ, ਵਾਹ ਜੀ ਵਾਹ, ਤਾਂ ਬਹੁਤ ਵਧੀਆ ਚੀਜ਼ ਤੁਸੀਂ ਦਿਖਾਈ ਮੈਨੂੰ। ਅੱਛਾ, ਚਰਖਾ ਵੀ ਬਹੁਤ ਕੱਤਿਆ? ਹਾਂਜੀ। ਅੱਛਾ, ਹੋਰ ਵੀ ਪਿਆ? ਲੈ ਦਿਖਾਓ ਕਿਆ ਹੋ ਗਿਆ ਪਿਆ। ਓ ਵਾਹ ਜੀ ਵਾਹ, ਕਹਿੰਦੇ ਹੋਰ ਵੀ ਪਿਆ ਸਮਾਨ ਜੀ। ਚਰਖੇ ਨਾਲ ਚਰਖੀ ਵੀ ਸੀ? ਚਰਖੇ ਨਾਲ ਚਰਖੀ ਵੀ ਹੁੰਦੀ ਸੀ? ਅੱਛਾ, ਚਰਖੀ ਵੀ ਤੀ ਕਹਿੰਦੇ ਜੀ ਚਰਖੇ ਦੇ ਨਾਲ। ਆਹ ਦੇਖੋ ਜੀ, ਵਾਹ ਜੀ ਵਾਹ, ਬੱਲੇ ਬੱਲੇ ਬੱਲੇ। ਬਾਪੂ ਕਿਆ ਦਿਖਾਉਣ ਲੱਗਿਆ ਹੁਣ ਤੂੰ? ਲਾਈਟ ਲੂਟ ਨਹੀਂ ਜਗਦੀ ਇੱਥੇ ਕੋਈ? ਹੈਗੀ ਲਾਈਟ? ਜਗਾਓ।
ਆਹ ਲਓ ਜੀ ਬਾਪੂ ਜੀ, ਆਹ ਆਹ ਕਿਆ ਪਿਆ, ਇਹ ਸੰਦੂਕ ਕਿਹੜਾ ਹੈ, ਕਿਹਦਾ ਇਹ? ਜੀ ਮੇਰੀ ਮਾਂ ਦਾ। ਅੱਛਾ, ਤੁਹਾਡੀ ਮਾਂ ਦਾ ਸੰਦੂਕ ਹੈ? ਹਾਂਜੀ। ਵਾਹ ਜੀ ਵਾਹ, ਦੇਖੋ ਜੀ ਕਿਆ ਸੋਹਣੀ ਕਲਾਕਾਰੀ ਹੋਈ ਹੋਈ ਹੈ। 100 ਸਾਲ ਤੇ ਉੱਪਰ ਹੋ ਗਿਆ ਇਹਨੂੰ। ਹਾਂਜੀ 100 ਸਾਲ ਤੇ ਉੱਪਰ ਹੋ ਗਿਆ ਸੰਦੂਕ ਨੂੰ। 100 ਸਾਲ ਤੇ ਉੱਪਰ ਹੋ ਗਿਆ ਇਹਨੂੰ? ਹਾਂ। ਅੱਛਾ ਬਾਪੂ, 100 ਸਾਲ ਤੇ ਜ਼ਿਆਦਾ ਹੋ ਗਿਆ ਇਹਨੂੰ। ਹੈ ਹਾਂਜੀ ਹਾਂ। ਆਹ ਉੱਪਰ ਕਿਆ ਪਿਆ, ਇਹ ਚਰਖਾ ਚਰਖੀ ਹੈ? ਚਰਖੀ ਹੈ ਜੀ। ਇਹ ਚਰਖੀ ਹੈ, ਦੇਖੋ ਇਹ ਚਰਖੀ ਛੋਟੀ ਹੁੰਦੀ ਸੀ ਹੈ ਥੋੜ੍ਹੀ। ਆਹ ਦੇਖੋ ਜੀ, ਚਰਖੀ ਵੀ ਪਈ ਹੈ। ਹੈਂ, ਪੁਰਾਣਾ ਵਿਰਸਾ। 100 ਸਾਲ ਤੇ ਉੱਪਰ ਬਾਪੂ ਦੀ ਮਾਤਾ ਦਾ ਸੰਦੂਕ। ਬਾਪੂ ਕਿਆ ਨਾਂ ਤਾਂ ਮਾਤਾ ਦਾ? ਰਣਜੀਤ ਕੌਰ। ਰਣਜੀਤ ਕੌਰ, ਹਾਂਜੀ। ਵਾਹ ਜੀ ਵਾਹ, ਇਹ ਰੱਖਿਆ ਹੋਇਆ ਤੁਸੀਂ? ਹਾਂਜੀ ਹਾਂ, ਰੱਖਿਆ ਹੋਇਆ। ਵਾਹ ਜੀ ਵਾਹ, ਸਮਾਨ ਪਿਆ ਇਹ 'ਚ? ਸਮਾਨ ਵੀ ਪਿਆ? ਹਾਂ। ਅੱਛਾ ਜੀ, ਵਾਹ ਜੀ ਵਾਹ, ਬਹੁਤ ਵਧੀਆ। ਸਰੋਤਿਓ ਦੇਖੋ ਜੀ, ਦਸਾਰਨੇ ਪਿੰਡ ਵਿੱਚ ਮੈਂ ਆਇਆ ਹੋਇਆ। ਮਾਤਾ ਜੀ ਨੇ ਜਿਹੜੀ ਚੀਜ਼ ਪਹਿਲਾਂ ਦਿਖਾਈ, ਨਾਲੇ ਬੁਣਨ ਵਾਲਾ ਅੱਡਾ, ਨਾਲੇ ਬੁਣਨ ਵਾਲਾ ਅੱਡਾ ਕਹਿੰਦੇ ਤੈਨੂੰ? ਹਾਂਜੀ ਹਾਂ। ਨਾਲੇ ਬੁਣਨ ਵਾਲਾ ਅੱਡਾ, ਆਹ ਦੇਖੋ ਜੀ, ਆਹ ਪਿਆ। ਮਾਤਾ ਕਹਿੰਦੀ ਮੈਂ ਤਾਂ ਨਾਲੇ ਬੁਣਦੀ ਰਹੀ ਹੈ। ਵਾਹ ਜੀ ਵਾਹ, ਬੜਾ ਵਧੀਆ ਲੱਗਿਆ ਜੀ ਮੈਨੂੰ ਤਾਂ। ਅੱਛਾ, ਕਲਾੜੀ ਦਾ ਕੰਮ ਵੀ ਤੁਸੀਂ ਨਾਲ ਕਰਾ ਦਿੰਦੇ ਤੇ? ਹਜੇ ਨਹੀਂ ਜੀ, ਕਲਾੜੀ ਦਾ ਕੰਮ ਤਾਂ ਇਹ ਆਦਮੀ ਉਹ ਕਰਦੇ। ਅੱਛਾ, ਇਹੀ ਕਰਦੇ? ਜਦੋਂ ਮੈਂ ਸੰਭਰ ਸਵਾਰ ਦਿੰਦੀ ਹਾਂ, ਸਾਫ਼ ਕਰ ਦਿੰਦੀ ਹਾਂ, ਕਲਾੜੀ ਸਾਫ਼ ਕਰ ਦਿੰਦੀ ਹੈ। ਠੀਕ ਹੈ, ਹਾਂ ਬਸ। ਅੱਛਾ, ਫਿਰ ਤਾਂ ਰੋਟੀਆਂ ਜਿਹੜੀਆਂ ਪਹਿਲਾਂ ਪਕਾਉਂਦੇ ਤੇ, ਹਾਂਜੀ, ਖਾਸੀਆਂ ਪਕਾਈਆਂ? ਬਹੁਤ ਪਕਾਈਆਂ ਜੀ, ਭਈਆਂ 10-10 ਭਈਏ ਲੱਗੇ ਰਹਿੰਦੇ ਤੇ ਖੇਤਾਂ ਵਿੱਚ। ਅੱਛਾ, ਬਹੁਤ ਪਕਾ ਕੇ ਭੇਜੀਆਂ ਮੈਂ। ਅੱਛਾ ਜੀ, ਤੇ ਉਹ ਕਿੱਦਾਂ ਦੀਆਂ ਬਣਾਉਂਦੇ ਤੇ ਰੋਟੀਆਂ? ਉਹ ਬੇਰੜੇ ਵਾਲੀਆਂ ਵੀ ਬਣਾਉਂਦੇ ਤੇ? ਬੇਰੜੇ ਵਾਲੇ ਵੀ, ਕਣਕ ਦੀਆਂ ਵੀ, ਮੱਕੀ ਦੀਆਂ ਵੀ, ਗੁਹਾਰੇ ਵੀ ਲਾਏ ਮੈਂ ਉੱਪਰ ਚੜ੍ਹ ਚੜ੍ਹ ਕੇ। ਗੁਹਾਰੇ ਲਾਏ? ਹਾਂਜੀ, ਪਾਥੀਆਂ ਦੇ। ਅੱਛਾ ਜੀ, ਬੜਾ ਕੰਮ ਕੀਤਾ ਤੁਸੀਂ। ਹਾਂਜੀ, ਪਥਵਾੜਾ ਮੇਰਾ ਉੱਥੇ, ਬੇਸ਼ੱਕ ਦੇਖ ਆਓ। ਅੱਛਾ, ਹਾਂ, ਹੁਣ 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 ਵੀ ਹੈਗਾ ਪਥਵਾੜਾ ਮੇਰਾ। ਅੱਛਾ, ਹੁਣ ਵੀ ਹੈਗਾ? ਹਾਂਜੀ। ਪਥਦੇ ਉੱਥੇ? ਹਾਂਜੀ ਪਥਦੇ ਆ। ਆਹ ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਵਧੀਆ, ਬਹੁਤ ਵਧੀਆ। ਅੱਛਾ, ਚਰਖਾ ਵੀ ਕੱਤਦੇ? ਚਰਖੀ ਕੌਣ ਕੱਤਦਾ ਤਾ? ਚਰਖੀਆਂ ਮੇਰੀ ਮਾਂ ਕਹਿੰਦੀ, ਮੇਰੇ ਕੋਲ 5 ਗੁੱਡੀਆਂ। ਅੱਛਾ, ਕਿ ਜਦ ਕੱਤਦੇ ਤੇ ਰਿਵਾਜ ਦਾ? ਤੁਹਾਡੀਆਂ 5 ਕੁੜੀਆਂ ਤੇ 1 ਕਾਕਾ ਹੈ? ਹਾਂਜੀ। ਅੱਛਾ, ਮਾਂ ਤੁਹਾਡੀ ਕਿਆ ਕਹਿੰਦੀ? ਉਹ ਕਹਿੰਦੀ ਵੀ ਚੱਲ ਕੁੜੀਆਂ ਵੀ ਕੱਤ ਲੈ ਕਰੂੰਗੀਆਂ, ਸਿੱਖ ਲਊਂਗੀਆਂ। ਅੱਛਾ, ਅਗਲੇ ਘਰ ਜਾਣਾ, ਪਤਾ ਨਹੀਂ ਕਿਹੋ ਜਿਹਾ ਘਰ ਮਿਲਣਾ। ਹਾਂ, ਪਰ ਪੜ੍ਹ ਲਿਖ ਗਈਆਂ, ਬੀਐਡ ਐਮਏ ਕਰਕੇ ਸਭ ਨੌਕਰੀਆਂ ਲੱਗ ਗਈਆਂ। ਅੱਛਾ ਜੀ, ਪਟਿਆਲੇ ਯੂਨੀਵਰਸਿਟੀ ਦੀ ਪ੍ਰਧਾਨ ਹੈ ਗੁੱਡੀ ਮੇਰੀ ਬੜੀ। ਅੱਛਾ ਅੱਛਾ ਅੱਛਾ, ਬੱਚੇ ਪੜ੍ਹ ਗਏ ਮਤਲਬ? ਹਾਂਜੀ, ਪੜ੍ਹ ਗਏ ਸਾਰੇ। ਅੱਛਾ, ਉਹ ਫਿਰ ਉਹ ਚਰਖੀ ਵੀ ਦਾਜ ਦੀ? ਉਹ ਚਰਖੀ ਵੀ ਨਾਲੇ, ਚਰਖੇ ਦੇ ਨਾਲੇ ਆਈ ਤੀ, ਅੱਡਾ, ਚਰਖਾ, ਚਰਖੀ। ਹੋਰ ਕਿਆ ਕਿਆ ਸਮਾਨ ਤਾਂ ਦੇਖੋ ਜੀ ਸਰੋਤੇ, ਜਦ ਕਿਆ ਸਮਾਨ ਮਿਲਦਾ ਹੁੰਦਾ ਸੀ ਮਾਤਾ ਤੋਂ ਪੁੱਛਦੇ ਹਾਂ, ਹੋਰ ਕਿਆ ਕਿਆ ਹੁੰਦਾ ਜਦ ਦਾਜ ਦਿੰਦੇ? ਜਦ ਤਾਂ ਹੁਣ ਤਾਂ ਕੋਈ ਦਰੀਆਂ ਨਹੀਂ ਦਿੰਦਾ, ਖੇਸ ਨਹੀਂ ਦਿੰਦਾ। ਜਦ ਮੇਰੇ ਕੋਲ ਖੇਸ ਤੇ ਮੇਰੀ ਮਾਂ ਨੇ ਪੇਟੀਆਂ 2 ਤੀਆਂ, ਉੱਪਰ ਨੂੰ ਖੇਸ, ਵਿੱਚ ਨੂੰ ਵੀ ਖੇਸ, ਕੱਤ ਕੱਤ ਕੇ ਖੇਸ ਬਣਾਏ ਹੋਏ ਤੇ ਖੇਸੀਆਂ ਬਣਾਈਆਂ ਹੋਈਆਂ ਤੀਆਂ, ਦਰੀਆਂ ਬੁਣਦੇ ਤੇ। ਅੱਛਾ, ਹਾਂਜੀ, ਦਰੀਆਂ ਦੁਰੀਆਂ ਬੁਣ ਕੇ, ਹੋਰ ਕੱਢ ਕਢਾਈ ਦਾ ਸਮਾਨ ਬਹੁਤ ਹੁੰਦਾ ਤਾਂ ਚਾਦਰਾਂ ਖੇ ਸਰਾਣੇ ਕੱਢ ਦਿੱਤੇ। ਸਾਰੇ ਕੰਮ ਤਾਂ ਹੈ, ਹਾਂਜੀ, ਸਾਰੇ ਹੱਥੀਆਂ ਹੁੰਦਾ ਤਾਂ ਸਾਰੇ ਹੀ, ਪੱਖੀਆਂ ਕਰਨੀਆਂ। ਅੱਛਾ, ਹਾਂਜੀ, ਪੱਖੀਆਂ ਵੀ ਮੈਂ ਕੱਢ ਕੱਢ ਕੇ ਬੁਣੀਆਂ, ਜਿਕ ਹੱਥਾਂ ਨਾਲ ਝੱਲਦੇ ਹੁੰਦੇ, ਝਾਲਰਾਂ ਲਾ ਲਾ ਕੇ। ਹਾਂਜੀ, ਮਸ਼ੀਨ ਦੀ ਕਢਾਈ ਵੀ ਤੀ। ਅੱਛਾ, ਦਰੀਆਂ ਵੀ ਤੁਸੀਂ ਬਣਾ ਲੈਂਦੇ ਤੇ? ਹਾਂਜੀ, ਦਰੀਆਂ ਵੀ ਬਣਾ ਲੈਂਦੇ। ਉਹ ਕਾਹਦੇ ਪਰ ਬਣਾਉਂਦੇ ਤੇ? ਇੱਥੇ ਆ ਕੇ ਅੱਡਾ ਬਣਾਇਆ ਹੋਇਆ ਸਾਡਾ ਫੋਲਡ। ਅੱਛਾ, ਲੋਹੇ ਦਾ, ਇੱਥੇ ਚੜ੍ਹਾਉਂਦੇ। ਗੁੱਡੀਆਂ ਸਾਰੀਆਂ ਸਿਖਾਤੀਆਂ ਮੈਂ, ਦਰੀਆਂ ਬੁਣ ਵੀ ਅੱਗੇ ਜਾ ਕੇ ਬੁਣਨੀਆਂ ਪੈਂਦੀਆਂ, ਕਿਸੇ ਦੇ ਹੱਥਾਂ ਗਰੀ ਨਹੀਂ ਝੱਕਣਾ। ਪਰ ਸਮਾਂ ਬਦਲ ਗਿਆ ਨਾ ਹੁਣ, ਹੁਣ ਜਵਾਨਾ ਹੀ ਬਦਲ ਗਿਆ। ਹੁਣ ਨਾ ਦਰੀਆਂ, ਨਾ ਖੇਸੀਆਂ, ਨਾ ਖੇਸ, ਨਾ ਕੋਈ ਮੰਜੇ ਬੁਣਦਾ। ਮੈਂ ਤਾਂ ਆਪ ਸੰਝ ਨੂੰ ਮੰਜਾ ਬੁਣ ਦਿੰਦੀ ਤੀ, ਆਪੇ ਇਕੱਲੀ ਉਹ
ਸਾਰੇ ਹੁਣ ਕੋਈ ਹਾਇਓ ਨਹੀਂ, ਹੁਣ ਉਹੀ ਬੈੱਡ ਹੋ ਗਏ ਆ, ਕੰਬਲ ਹੋ ਗਏ, ਹੁਣ ਤਾਂ ਕੁਛ ਰਿਹਾ ਹੀ ਨਹੀਂ। ਵਾਹ ਜੀ ਵਾਹ, ਸਾਰੇ ਕੰਮ ਤੁਸੀਂ ਕੀਤੇ ਹੋਏ ਹੈ? ਸਾਰੇ ਕਰੇ। ਚੱਕੀ ਵੀ ਚਲਾਈ? ਹਾਂਜੀ, ਚੱਕੀ ਵੀ ਚਲਾਈ ਹੋਈ ਸਾਡੇ ਕੋਲ, ਚੱਕੀ ਵੀ ਹੈ, ਉਖਲੀ ਵੀ ਹੈ। ਅੱਛਾ। ਹਾਂਜੀ, ਸਾਰੀ ਚਲਾਈ ਹੋਈ। ਦਾਲਾਂ ਦੂਲਾਂ ਦਾਲ ਦਿੰਦੇ ਤੇ ਘਰੇ? ਦਾਲਾਂ ਦੂਲਾਂ ਵੀ, ਸੂਹ ਵੀ, ਮੈਸਾਂ ਦੀਆਂ, ਡੰਗਰਾਂ ਦੀਆਂ, ਮੱਝਾਂ ਦੀਆਂ, ਫਿਰ ਗੋਹਾ ਚੱਕਣਾ, ਮੈਸਾਂ ਚੋਣੀਆਂ, ਇਕੱਲੀ ਨੇ ਨਾਲੇ ਬੱਚੇ ਪਾਲੇ, ਨਾਲੇ ਪੜ੍ਹਾਏ, ਨਾਲੇ ਕੰਮ ਕਰਿਆ। ਇਹ ਸਰਦਾਰ ਜੀ ਹਲ ਵਾਹੁੰਦੇ ਤੇ ਬੋਲਦਾ ਨਾਲ। ਕਿਸੇ ਦਿਨ ਆਊਂਗਾ ਨਾ ਮੈਂ, ਦਿਨੇ ਆਊਂਗਾ ਕਿਸੇ ਦਿਨ, ਨਾਲੇ ਤਾਂ ਕਲਾੜੀ ਦਾ ਵੀਡੀਓ ਬਣਾਉਂਗੇ ਚਲਦੀ ਦਾ, ਤੇ ਨਾਲੇ ਫਿਰ ਲੋ ਹੋਊਗੀ, ਲਾਈਟ ਹੋਊਗੀ ਨਾ, ਫਿਰ ਸਾਰਾ ਕੁਛ ਦਿਖਾਵਾਂਗੇ। ਇਹ ਸਾਡੇ ਨਾ ਚੈਨਲ ਦੇ ਉੱਤੇ ਬੇਬੇ ਦੇਖਦੇ ਆ ਲੋਕੀ ਪ੍ਰੋਗਰਾਮ ਸਾਡੇ, ਅਸੀਂ ਵਿਰਸੇ ਚੈਨਲ ਹੈ ਸਾਡਾ, ਬੱਲੇ ਬੱਲੇ ਫਿਲਮਸ ਐਂਡ ਰਿਕਾਰਡਸ, ਅਸੀਂ ਵਿਰਸੇ ਵਿਰਾਸਤ ਦੀ ਉਹ ਗੱਲ ਕਰਦੇ ਹਾਂ, ਪੁਰਾਣੀਆਂ ਚੀਜ਼ਾਂ ਹੀ ਲੱਭਦੇ ਹਾਂ। ਮੈਂ ਤੁਹਾਡਾ ਪਤਾ ਕਰਦਾ ਕਰਦਾ ਇੱਥੇ ਪਹੁੰਚ ਗਿਆ, ਬਾਪੂ ਜੀ ਦੀ ਕਲਾੜੀ ਮੈਂ ਕਿਹਾ ਦੇਖਿਆ, ਨਾਲੇ ਫਿਰ ਤੁਸੀਂ, ਤੁਹਾਡੇ ਦਰਸ਼ਨ ਹੋ ਗਏ, ਤੁਹਾਡੇ ਨਾਲ ਮੁਲਾਕਾਤ ਹੋ ਗਈ ਹੈ, ਮਜ਼ਾ ਆ ਗਿਆ ਤੁਹਾਡਾ ਹੱਸਦਾ ਚਿਹਰਾ ਦੇਖ ਕੇ, ਪਿਆਰ ਮੁਹੱਬਤ ਦੇਖ ਕੇ। ਹੈਂ, ਅੱਛਾ, ਸਾਰੇ ਕੰਮ ਤੁਸੀਂ ਕਰੇ ਹੈ? ਹਾਂਜੀ। ਵਾਹ ਜੀ, ਮੰਜੇ ਆਪੇ ਬੁਣ ਦਿੰਦੇ? ਹਾਂਜੀ ਹਾਂ, ਮੈਂ ਤਾਂ ਕਿਸੇ ਤੇ ਰੱਸੀ ਨਹੀਂ ਪਵਾਈ, ਮੈਂ ਤਾਂ ਸ਼ਾਮ ਨੂੰ ਮੰਜੇ। ਅੱਛਾ, ਭਾਂਡੇ ਜਿਹੜੇ ਪੁਰਾਣੇ ਵਰਤਦੇ ਤੇ? ਹਾਂਜੀ। ਉਹ ਜਿਹੜੇ ਉਹ ਉੱਥੇ ਦੀਆਂ ਯਾਦਾਂ ਹੈਗੀਆਂ ਆਪਣੇ ਪਿੰਡ ਦੀਆਂ? ਹਾਂਜੀ, ਸੁਹਾਣੇ ਦੀਆਂ, ਕੁੰਬੜੇ ਦੀਆਂ? ਹਾਂਜੀ, ਅੱਜ ਰੱਖੀ ਹੈ ਜੀ ਪਰਾਤ ਅੰਦਰ। ਕਾਹਦੇ ਵਾਲੀ ਸੀ? ਆਹ ਟਿੱਕੀ ਟੁੱਕੀ ਜਮਾਉਂਦੇ ਹੈ। ਨਹੀਂ, ਪਰਾਤ ਕਾਹਦੀ ਸੀ? ਪਿੱਤਲ ਦੀ। ਪਿੱਤਲ ਦੀ? ਹਾਂ। ਕਿੱਥੇ ਰੱਖਤੀ ਹੁਣ? ਪੂਰੀ ਪਈ ਹੈ, ਇੱਥੇ ਪਈ ਹੈ। ਲਿਆਓ ਤਾਂ ਕੱਢ ਕੇ, ਨੇੜੇ ਆ, ਲਿਆਓ ਲਿਆਓ ਲਿਆਓ। ਅੱਛਾ, ਅੱਜੇ ਰੱਖੀ ਤੀ ਉਹ? ਅੱਜ ਟਿੱਕੀ ਜਮਾਉਂਦੇ ਤੇ ਨਾ ਲੋਕ। ਅੱਛਾ। ਹਾਂ, ਜਾਂ ਕਲਾੜੀ ਚੱਲਦੀ ਹੈ, ਟਿੱਕੀਆਂ ਜਮਾਉਂਦੇ। ਅੱਛਾ, ਉਹ ਪਰਾਤ ਪਿੱਤਲ ਵਾਲੀ ਪੁਰਾਣੀ ਪਈ ਹੈ? ਪਿੱਤਲ ਦੀ ਵਿੱਚ ਘੀ ਪਾ ਕੇ, ਸਮਾਨ ਪਾ ਕੇ, ਬਸ ਗੁੜ ਪਾ ਦਿੰਦੇ ਕੜਾਹੇ ਦਾ, ਫਿਰ ਉਹ ਪਿੱਤਲ ਦੇ ਵਿੱਚ ਟਿੱਕੀ ਸੌਖੀ ਨਿਕਲਦੀ। ਵਾਹ ਜੀ ਵਾਹ, ਆਹ ਤਾਂ ਦੇਖੋ ਨਾ ਜੀ, ਮੈਨੂੰ ਦੇਖ ਕੇ ਬਹੁਤ ਜ਼ਿਆਦਾ। ਸਰੋਤਿਓ, ਕਰਿਓ ਕਮੈਂਟ ਤੁਸੀਂ ਇਹਦੇ ਉੱਤੇ, ਨਾਲੇ ਬੁਣਨੇ ਵਾਲਾ ਅੱਡਾ। ਪਿੱਤਲ ਵਾਲੀ ਪਰਾਤ ਆ ਗਈ, ਯਾਦ ਆ ਗਈ ਜੀ ਮੈਨੂੰ, ਆਪਣੀ ਮਾਂ ਯਾਦ ਆ ਗਈ। ਅੱਛਾ, ਪਿੱਤਲ ਵਾਲੀ ਪਰਾਤ ਮੈਂ ਗੁੰਨ ਦਿੱਤੀ ਆਟਾ, ਉਹ ਬਸ ਪਿੱਤਲ ਦੇ ਵਿੱਚ ਗੁੰਨਦੇ ਤੇ ਅੱਗੇ ਦਾ। ਹਾਂ, ਸਟੀਲ ਦੇ ਤੋਂ ਫੇਰ ਚੱਲੀਆਂ। ਵਾਹ ਜੀ ਵਾਹ, ਸਟੀਲ ਦੀ ਆ। ਦੇਖੋ ਸਰੋਤਿਓ, ਪਿੱਤਲ ਦੀ ਪਰਾਤ ਆ ਨਾ, ਬੜੀ ਖੁੱਲੀ, ਸੋਹਣੇ ਟੱਬਰ ਵਾਲੀ, ਹੈਨਾ? ਹਾਂਜੀ ਹਾਂਜੀ ਹਾਂਜੀ, ਮੇਰੇ ਵਿਆਹ ਦੀ ਹੋਏ। ਤੁਹਾਡੇ ਵਿਆਹ ਦੀ ਹੈ ਵੀ? ਹਾਂਜੀ ਹਾਂ। ਓ ਵਾਹ ਜੀ ਵਾਹ, ਬਾਪੂ ਚੀਜ਼ਾਂ ਸਾਰੀਆਂ ਰੱਖਣੀਆਂ ਸਾਂਭ ਕੇ। ਕਿਵੇਂ ਸਾਂਭ ਕੇ? ਹੈ ਸਾਂਭ ਕੇ ਰੱਖੇ ਆ। ਅੱਡੇ ਅੱਡੇ ਨੂੰ ਰੰਗ ਵੀ ਜਾਦੇ ਹੋਇਆ ਹੋਇਆ, ਡਿਜ਼ਾਈਨ ਜਿਹਾ ਜਾਦੇ ਹੀ ਬਣਿਆ ਹੋਇਆ। ਹਾਂਜੀ, ਜਿੱਦਾਂ ਹੀ ਹੈ ਪਹਿਲੇ ਹੀ, ਆਹ ਜਿਹੜਾ ਹੋਇਆ ਹੋਇਆ ਮੀਨਾਕਾਰੀ ਉੱਪਰ। ਹਾਂਜੀ। ਅੱਛਾ 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 ਅੱਛਾ, ਵਾਹ ਜੀ ਵਾਹ, ਇਹਨੂੰ ਮਾਤਾ ਚਲਾਉਣਾ ਆਪਾਂ ਕਿਸੇ ਦਿਨ। ਅੱਛਾ, ਚਲਾ ਦੂੰਗੇ, ਚੱਲ ਜੂਗਾ? ਹਾਂ ਚੱਲ ਜੂਗਾ। ਹੈਂ, ਇਹਦੇ ਵਿੱਚ ਕਿਆ ਚੱਲ ਜੂਗਾ? ਅਸੀਂ ਨਾਲੇ ਬਣਾਵਾਂਗੇ। ਅੱਛਾ, ਹਾਂਜੀ, ਕਿਸੇ ਦਿਨ ਮੈਂ ਦਿਨੇ ਆਊਂਗਾ ਨਾ ਜੀ। ਇਹਦੇ ਜਿਹੜੇ ਸਿੰਖਾਂ ਤੁਸੀਂ ਕਹਿੰਦੇ ਆ, ਸਿੰਖਾਂ ਦੀ ਲੋੜ ਪੈਣੀ, ਹੋਰ ਕਿਆ ਲੋੜ ਪੈਣੀ, ਅੱਟੀ ਦੀ ਜਗ੍ਹਾ ਤੇ ਤਾਂ ਆਪਾਂ ਚਲਾ ਲੈਣੀ ਪਸ਼ਮ। ਹਾਂ, ਪਸ਼ਮ ਚਲਾ ਲੈਣੀ। ਹਾਂ, ਪਸ਼ਮ ਚਲਾ ਲੈਣੀ। ਹਾਂ, ਅੱਟੀ ਝੁੰਡਾਂ ਦੀਆਂ ਹੁੰਦੀਆਂ ਕਨੌਰੇ ਜੇ। ਅੱਛਾ, ਸਿੰਖਾਂ ਜੀਆਂ ਉਹ ਮਿਲ ਜਾਣਗੇ, ਲੱਭ ਜਾਣਗੇ ਨੇੜਿਓ? ਹਾਂ, ਲੱਭ ਜਾਣੇ, ਇਹਨਾਂ ਲੈ ਆਉਣੇ। ਉਹ ਲਿਆ ਕੇ ਨਾ ਜੀ, ਫਸਾ ਕੇ ਫਿਰ ਆਪਾਂ ਬੁਣ ਕੇ ਦਿਖਾਉਣਾ ਇਹਨਾਂ ਨੂੰ, ਸਰੋਤਿਆਂ ਨੂੰ, ਦੇਖਣ ਵਾਲਿਆਂ ਨੂੰ। ਇਹ ਬਹੁਤ ਵਿਰਸੇ ਨੂੰ ਪਿਆਰ ਕਰਦੇ ਆ। ਇਹ ਜਿਹੜਾ ਸਾਡੇ ਵਾਲਾ ਚੈਨਲ, ਪੰਜਾਬੀ ਵਿਰਸਾ, ਪੰਜਾਬੀ ਵਿਰਸਾ ਜਿਹੜਾ ਸਾਡੇ ਵਾਲਾ ਚੈਨਲ ਹੈ ਨਾ ਜੀ, ਅਸੀਂ ਵਿਰਸੇ ਵਿਰਾਸਤ ਦੀਆਂ ਪੁਰਾਣੀਆਂ ਗੱਲਾਂ ਕਰੀ ਜਾਂਦੇ ਹਾਂ। ਔਰ ਸਾਡੇ ਜਿਹੜੇ 50 ਸਾਲ ਤੋਂ ਉੱਪਰ ਦੇ ਆ ਬੰਦੇ, 50 ਸਾਲ ਵਾਲਿਆਂ ਨੇ ਦੇਖਿਆ ਹੋਇਆ ਸਾਰਾ ਕੁਛ। ਅਸੀਂ, ਮੇਰੀ ਉਮਰ 50 ਸਾਲ ਹੋ ਗਈ, ਮੈਂ ਸਾਰਾ ਕੁਛ ਦੇਖਿਆ। ਮੈਂ ਪਿੱਤਲ ਦੀ ਪਰਾਤ ਦੇ ਵਿੱਚ ਮਾਤਾ ਮੇਰੀ ਆਟਾ ਗੁੰਨਦੀ ਸੀ, ਮੈਨੂੰ ਦੇਖਦੇ ਸਾਰੇ ਪਰਾਤ ਨਾ ਚੇਤੇ ਆ ਗਈ ਮਾਂ ਦੀ। ਹੈਂ,
ਤੇ ਆਹ ਪਰ ਆਹ ਚੀਜ਼ ਜਿਹੜੀ ਨਾਲਾ ਬੁਣਨ ਵਾਲੀ ਹੈ ਇਹ ਅੱਡਾ ਤਾਂ ਮੈਂ ਵੀ ਨਹੀਂ ਸੀ ਦੇਖਿਆ ਅੱਜ ਦੇਖਿਆ ਤਾਂ ਹੀ ਮੈਂ ਕਹਿੰਦਾ ਵੀ ਇਹਦੇ ਪਰ ਨਾਲਾ ਅਸੀਂ ਬੁਣਦੇ ਹੋਏ ਦਿਖਾਉਣਾ ਵੀ ਹੈ ਹਾਂਜੀ ਔਰ ਜਿਹੜੇ ਦੇਖਣ ਵਾਲੇ ਸਾਡੇ ਚੈਨਲ ਨੂੰ ਉਹਨਾਂ 'ਚ ਬਹੁਤ ਸਾਰਿਆਂ ਨੇ ਦੇਖਿਆ ਉਹਨਾਂ ਦੱਸਣਗੇ ਥੱਲੇ ਵੀ ਮੇਰੀ ਦਾਦੀ ਕੋਲ ਹੁੰਦਾ ਤਾਂ ਮੇਰੀ ਮਾਂ ਕੋਲ ਹੁੰਦਾ ਤਾਂ ਇੱਦਾਂ ਤਾਂ ਇੱਦਾਂ ਤਾਂ ਰੰਗਲੇ ਨਾਲੇ ਵੀ ਬਣ ਜਾਂਦੇ ਤੇ ਰੰਗ ਬਿਰੰਗੇ ਰੰਗ ਬਿਰੰਗੇ ਚਿੱਟੇ ਕਾਲੇ ਚਿੱਟੇ ਨੀਲੇ ਲਾਲ ਹਰੇ ਆ ਜਾਓ ਬਾਪੂ ਬੈਠੋ ਤੁਸੀਂ ਤੁਸੀਂ ਇੱਥੇ ਨੂੰ ਆ ਜਾਓ ਆ ਜਾਓ ਨਾਲੇ ਹੈੜਾਂ ਵਾਲੇ ਵੀ ਬਣੇ ਆ ਹੈ ਘੁੰਗਰੂ ਵੀ ਲਾਉਣੇ ਉਹ ਫਿਰ ਘੱਗਰੇ ਦੇ ਨਾਲ ਨੀ ਦਿਖਦਾ ਹੁੰਦਾ ਹਨਾ ਉਹ ਫਿਰ ਲਟਕਵਾ ਹੁੰਦਾ ਸ਼ੀਸ਼ੇ ਲਾ ਕੇ ਨਾ ਜਦ ਇੰਨਾ ਰਿਵਾਜ ਤਾਂ ਹੁਣ ਤਾਂ ਕੁਛ ਵੀ ਨੀ ਰਿਹਾ ਹੁਣ ਨੀ ਕੁਛ ਵੀ ਰਿਹਾ ਕਲ ਯੁੱਗ ਅੱਛਾ ਜਿਹੜਾ ਦਰੀਆਂ ਵਾਲਾ ਅੱਡਾ ਤਾਂ ਫੋਲਡਿੰਗ ਉਹ ਵੀ ਰੱਖਿਆ ਹੋਇਆ ਸਾਂਭ ਕੇ ਰੋਪੜ ਹੁੰਦੇ ਨੇ ਮੇਰੇ ਵੱਡੇ ਵੀਰ ਤਜਿੰਦਰ ਚੋਪੜਾ ਅਸੀਂ ਦੋਵੇਂ ਭਾਈ ਵਿਰਸੇ ਵਿਰਾਸਤ ਦੀਆਂ ਗੱਲਾਂ ਕਰਦੇ ਫਿਰਦੇ ਆ ਪਿੰਡਾਂ ਚ ਘੁੰਮੀ ਜਾਂਦੇ ਆ ਕਮਲਿਆਂ ਸਾਨੂੰ ਦੇਖਣ ਵਾਲੇ ਬੜੇ ਪਿਆਰ ਦਿੰਦੇ ਨੇ ਬੜਾ ਕੁਛ ਉਹ ਕਹਿੰਦੇ ਨੇ ਵੀ ਤੁਸੀਂ ਬੜਾ ਵਧੀਆ ਕੰਮ ਕਰ ਰਹੇ ਹੋ ਤੁਸੀਂ ਦੱਸੋ ਠੀਕ ਕਰ ਰਹੇ ਅਸੀਂ ਨਾ ਨਾ ਬਹੁਤ ਵਧੀਆ ਹੈ ਵਿਰਸਾ ਵਿਰਾਸਤ ਦਿਖਾ ਰਹੇ ਹੈ ਆ ਦਿਖਾਤਾ ਅੱਡਾ ਨਾਲੇ ਵਾਲਾ ਹੁਣ ਉਹ ਦਰੀਆਂ ਵਾਲਾ ਵੀ ਕੱਢਾਂਗੇ ਫੋਲਡਿੰਗ ਗੱਡਾ ਜਿਹੜਾ ਤੁਸੀਂ ਕਿਹਾ ਹੈ ਉਹ ਸਾਰੀਆਂ ਗੱਲਾਂ ਕਰਕੇ ਚਰਖੀ ਵੀ ਬਾਹਰ ਕੱਢ ਕੇ ਰੱਖਾਂਗੇ ਅੱਛਾ ਜਿਹੜੀ ਅੰਦਰ ਤਾਂ ਦਿਖਾਤੀ ਮੈਂ ਜਾ ਕੇ ਹੈ ਤੇ ਮਾਤਾ ਵਾਲੀ ਜਿਹੜੀ ਇਹਨਾਂ ਨੇ ਦਿਖਾਈ ਸੰਦੂਕ ਪੁਰਾਣਾ ਹਾਂ ਸਰ ਮੇਰੀ ਸੱਸ ਦਾ ਸੰਦੂਕ ਹੈ ਉਹ ਇੱਥੇ ਕੁਬਹੇੜੀ ਤੇ ਤੀ ਮੇਰੀ ਸੱਸ ਅੱਛਾ ਫਿਰ ਸੱਸ ਤਾਂ 100 ਸਾਲ ਦੀ ਮਰ ਗਈ ਹੋ ਕੇ 20 ਸਾਲ ਮਰੀ ਨੂੰ ਅੱਛਾ ਪੂਰੀ ਉਮਰ ਭੋਗ ਕੇ 100 ਸਾਲ ਦਾ ਉਮਰ ਭੋਗ ਕੇ ਮਰੀ ਅੱਛਾ ਮੈਂ ਕਹਿੰਦੀ 100 ਸਾਲ ਪੁਰਾਣਾ ਹੋਣਾ ਸੰਦੂਕ ਦੱਸਿਆ ਬਾਪੂ ਨੇ ਦਿਵਾਲੀ ਨੂੰ ਅਸੀਂ ਸਾਰਾ ਧੋਕ ਹੈ ਜਿਹੜੀਆਂ ਮੇਖਾ ਮੂਹਰਾ ਹੈ ਸਾਰਾ ਅਸੀਂ ਤੇਲ ਲਾ ਕੇ ਰੱਖਦੇ ਸਜਾ ਕੇ ਕਈ ਗੱਲੇ ਜਿਹੜੇ ਪੈਲਸ ਵਾਲੇ ਹੈ ਉਹ ਵੀ ਮੰਗਣ ਆ ਲੱਗੇ ਵੀ ਸਾਨੂੰ ਚਰਖਾ ਦੇ ਦੋ ਪੈਲਸ ਵੀ ਚੁੰਦੇ ਨੀ ਵੀ ਚੱਲ ਸੰਦੂਕ ਦੇ ਦੋ ਅਸੀਂ ਕਿ ਅਸੀਂ ਨੀ ਦੇਣਾ ਨਿਸ਼ਾਨੀ ਆਏ ਅਸੀਂ ਨੀ ਦੇਣਾ ਸਾਡੀ ਜ਼ਿੰਦਗੀ ਜੁੜੀ ਇਹਨਾਂ ਨਾਲ ਬਸ ਬਸ ਕਿੱਥੇ ਦੇਖ ਮਾਂ ਨੇ ਚਰਖਾ ਦਿੱਤਾ ਤੁਹਾਨੂੰ ਯਾਦ ਆ ਮਾਂ ਨੇ ਤੁਹਾਨੂੰ ਦਿੱਤਾ ਨਾਲਾ ਬੁਣਨੇ ਵਾਲਾ ਅੱਡਾ ਕਹਿੰਦੀ ਧੀਏ ਤੇਰੇ 5 ਗੁੱਡੀਆਂ ਕਿਤੇ ਕੰਮ ਆਉਂਗੀਆਂ ਕੰਮ ਅਜੇ ਕਰਦੇ ਸਿੱਖ ਲਉਂਗੀਆਂ ਇਹ ਆ ਕੇ ਲੈਂਦਾ ਆ ਦੇਖੋ ਜੀ ਬਾਪੂ ਜੀ ਕੁਛ ਇਹ ਤੁਹਾਡੇ ਬੈਂਚ ਤਾ ਨਾਨੇ ਦਾ ਬੈਂਚ ਤਾ ਇਹ ਹਾਂ ਮੇਰੇ ਨਾਨੇ ਦਾ ਆਏ ਹਾਏ ਹਾਏ ਦੇਖੋ ਜੀ ਆ ਨਾਨੇ ਦਾ ਬੈਂਚ ਚੱਕ ਕੇ ਲਿਆਏ ਬਾਪੂ ਜੀ ਬੜੇ ਚਾਅ ਨਾਲ ਵਾਹ ਜੀ ਵਾਹ ਇਹਨੂੰ ਪਤਾ ਨਹੀਂ ਕਿੰਨਾ ਕੁ ਚਿਰ ਹੋ ਗਿਆ ਬਣੇ ਨੂੰ ਕੋਈ ਦਾ ਅੰਦਾਜ਼ ਨਹੀਂ ਹੈਗਾ ਟਾਲੀ ਦੀ ਲੱਕੜ ਲੱਗਦੀ ਮੈਨੂੰ ਟਾਲੀ ਦੀ ਲੱਕੜ ਹੈ ਆ ਦੇਖੋ ਜੀ ਟਾਲੀ ਦੀ ਲੱਕੜ ਹੈ ਵਾਹ ਜੀ ਵਾਹ ਕਿਆ ਸੋਹਣਾ ਟੁੱਟ ਗਿਆ ਪਰ ਅਸੀਂ ਵੱਢ ਕੇ ਛੋਟਾ ਕਰ ਲਿਆ ਅੱਛਾ ਇਹਦੇ ਪਾਏ ਤੋੜਤੇ ਅਸੀਂ ਵੱਢ ਕੇ ਛੋਟਾ ਕਰ ਲਿਆ ਅੱਛਾ ਯਾਦ ਤੁਸੀਂ ਰੱਖੀ ਹੋਈ ਹੈ ਵਾਹ ਜੀ ਵਾਹ ਫਿਰ ਮੈਂ ਅੱਛਾ ਉਹਦੇ ਜਿਹੜੇ ਇਹਨਾਂ ਦੇ ਮਾਮੇ ਹੈ ਉਹ ਕੈਨੇਡਾ ਚਲੇ ਗਏ ਅੱਛਾ ਮੋਟੀ ਮੋਟੀ ਚੀਜ਼ਾਂ ਫਿਰ ਇਹ ਦੇ ਗਏ ਅੱਛਾ ਲੋਹੇ ਦੀਆਂ ਕੁਰਸੀਆਂ ਨੀ ਆਉਂਦੀਆਂ ਅੱਗੇ ਬਟਿਆਂ ਜੀ ਵਾਲੀਆਂ ਲੋਹੇ ਜੇ ਦੀਆਂ ਉਹੀ ਜੇ ਤੇ 4 ਕੁਰਸੀਆਂ ਉਹ ਤਾਂ ਟੁੱਟ ਟੁੱਟ ਗਏ ਇਹਨਾਂ ਨੇ ਵਿੱਚ ਵਿੱਚ ਦੀਆਂ ਅੱਛਾ ਅੱਛਾ ਆ ਬੈਂਚ ਦਾ ਅੱਛਾ ਚੱਕੀ ਉਖਲੀ ਔਰ
ਗੱਲਾਂ ਬਾਤਾਂ ਵੀ ਕਰਾਂਗੇ, ਦੁਬਾਰਾ ਇੱਕ ਹੋਰ ਵਲੌਗ ਬਣਾਵਾਂਗੇ ਮੈਂ ਫਿਰ ਆਊਂਗਾ। ਜਦ ਤੱਕ ਫਿਲਹਾਲ ਛੋਟੇ ਜਿਹੇ ਇਸ ਵਲੌਗ ਦੇ ਉੱਤੇ ਤੁਸੀਂ ਟਿੱਪਣੀ ਕਰਨੀ, ਕਮੈਂਟ ਕਰਨਾ ਔਰ ਜਿਹੜਾ ਹੈ ਸ਼ੇਅਰ ਵੀ ਕਰਨਾ ਵੱਧ ਤੋਂ ਵੱਧ ਇਸ ਵਲੌਗ ਨੂੰ, ਤਾਂ ਕਿ ਸਾਡਾ ਵਿਰਸਾ ਵਿਰਾਸਤ ਜਿਹੜੀ ਹੈ, ਜਿਹੜੇ ਪੁਰਾਣੇ ਬੰਦੇ ਜਿਨ੍ਹਾਂ ਨੇ ਸਭ ਕੁਝ ਹੰਢਾਇਆ ਹੋਇਆ, ਜਿਨ੍ਹਾਂ ਨੂੰ ਅਸੀਂ ਤੁਹਾਡੇ ਸਨਮੁੱਖ ਲੈ ਕੇ ਆਉਂਦੇ ਹਾਂ, ਪਿੰਡਾਂ 'ਚ ਘੁੰਮਦੇ ਹਾਂ, ਤੁਹਾਡੇ ਵਾਸਤੇ ਅਸੀਂ ਤੁਰੇ ਫਿਰਦੇ ਹਾਂ ਦੋਵੇਂ ਭਰਾ, ਔਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਮਾਰੀਏ। ਪੁਰਾਣੇ ਸਮੇਂ ਦੀ ਗੱਲ ਕਰਕੇ ਕਿੱਦਾਂ ਦਾ ਲੱਗਿਆ? ਬਹੁਤ ਵਧੀਆ, ਚੰਗਾ ਲੱਗਿਆ? ਹਾਂਜੀ ਹਾਂਜੀ, ਯਾਦ ਆ ਗਿਆ। ਅੱਜ ਕੱਲ੍ਹ ਦੇ ਤਾਂ ਕੋਈ ਗੱਲ ਛੇੜਦੇ ਹੀ ਨਹੀਂ, ਫਿਰ ਯਾਦ ਆਉਣੀਆਂ ਬੈਠਿਆਂ ਨੂੰ ਗੱਲਾਂ ਪੁਰਾਣੇ ਵਿਰਸੇ ਦੀਆਂ। ਹੁਣ ਤੁਸੀਂ ਆ ਗਏ, ਬਹੁਤ ਖੁਸ਼ੀ ਹੋਈ। ਆਹ ਦੇਖੋ ਜੀ, ਆਹੀ ਜਿੰਨੀ ਖੁਸ਼ੀ ਮਾਤਾ ਤੁਹਾਨੂੰ ਬੇਬੇ ਹੋਈ ਹੈ ਨਾ, ਇੰਨੀ ਉਹ ਸਾਨੂੰ ਖੁਸ਼ੀ ਹੋਈ ਹੈ। ਤੁਹਾਡਾ ਜਿਹੜਾ ਜਿਹਦੇ 'ਚ ਤੁਹਾਨੂੰ ਆਪਣੀ ਸੱਸ ਵੀ ਚੇਤੇ ਆ ਗਈ, ਤੁਹਾਨੂੰ ਆਪਣੀ ਮਾਂ ਵੀ ਚੇਤੇ ਆ ਗਈ ਹੈ ਨਾ। ਬਾਪੂ ਫਿਰ ਆਊਂਗਾ ਮੈਂ ਦਿਨੇ, ਹੈ ਚੰਗਾ ਜੀ, ਹੈ ਚੰਗਾ ਜੀ, ਚੰਗਾ ਬੇਬੇ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।